नमस्कार प्यारे दर्शकों, दूरदर्शन दे वेड़े विच तुहाडा सारिआं दा फिर तों निघा स्वागत। मैं हाँ डॉक्टर विपुल, लैके हाजिर हाँ प्रोग्राम तुहाडा सब दा पसंदीदा प्रोग्राम हैलो डॉक्टर। अज असीं जिस विषय ते गलबात करांगे, तुसीं सारे जाणदे हो असीं सेहत संबंधी गल्लां करदे हां। अज दा साडा विशा रहेगा बवासीर ते उस दे नाल लगवियां बीमारियां दा नवीआं तकनीकां नाल इलाज। तुसीं सारिआं ने टॉपिक साडा नोट कर लिया होणा। इस टॉपिक ते ਗੱਲਬਾਤ ਕਰਨ ਲਈ ਸਾਡੇ ਜਿਹੜੇ ਖਾਸ ਮਹਿਮਾਨ ਸਟੂਡੀਓ ਵਿੱਚ ਹਾਜ਼ਰ ਨੇ, ਅਸੀਂ ਉਹਨਾਂ ਨੂੰ ਉਚੇਚੇ ਤੌਰ 'ਤੇ ਜ਼ਹਿਮਤ ਦਿੱਤੀ ਹੈ। ਉਹ ਇੱਕ ਮਸ਼ਹੂਰ ਬਵਾਸੀਰ ਅਤੇ ਨਾਲ ਲੱਗਵੀਆਂ ਬਿਮਾਰੀਆਂ ਨੂੰ ਨਵੀਆਂ ਤਰੀਕਿਆਂ ਨਾਲ ਠੀਕ ਕਰਨ ਵਾਲੇ ਐਕਸਪਰਟ ਡਾਕਟਰ ਨੇ। ਸਾਡਾ ਸੁਭਾਗ ਹੈ ਸਾਡੇ ਨਾਲ ਨੇ ਡਾਕਟਰ ਕਮਲ ਗੁਪਤਾ, ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਡਾਕਟਰ ਸਾਹਿਬ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਪਿਆਰੇ ਦਰਸ਼ਕੋ ਤੁਹਾਨੂੰ ਯਾਦ ਕਰਵਾ ਦਿਆਂ, ਹਾਲਾਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਲਾਈਵ ਪ੍ਰੋਗਰਾਮ ਹੈ, ਇਹਦੇ ਵਿੱਚ ਤੁਸੀਂ ਆਪਣੀ ਸ਼ਿਰਕਤ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ। ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਜਿਗਿਆਸਾਵਾਂ ਆਉਂਦੀਆਂ ਨੇ, ਕੋਈ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਸਾਡੇ ਨੰਬਰ ਹਾਲਾਂਕਿ ਤੁਹਾਨੂੰ ਯਾਦ ਨੇ, ਪਰ ਮੈਂ ਫਿਰ ਵੀ ਦੁਹਰਾ ਦਿਆਂ, 281-4242-61 ਅਤੇ 281-4264। ਅਤੇ ਜੇ ਤੁਸੀਂ ਜਲੰਧਰ ਦੇ ਬਾਹਰ ਗੱਲ ਕਰ ਰਹੇ ਹੋ ਤਾਂ ਸਾਡਾ ਏਰੀਆ ਕੋਡ 01-81 ਲਗਾਉਣਾ ਨਾ ਭੁੱਲਣਾ। ਡਾਕਟਰ ਸਾਹਿਬ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹੋ, ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਵਿਸ਼ਾ ਹੈ ਬਵਾਸੀਰ ਅਤੇ ਨਾਲ ਲੱਗਵੀਆਂ ਬਿਮਾਰੀਆਂ। ਬਿਲਕੁਲ ਠੀਕ ਡਾਕਟਰ, ਉਹਨਾਂ ਦੇ ਨਵੀਂ ਤਕਨੀਕਾਂ ਨਾਲ ਕੀ ਇਲਾਜ ਹੋ ਸਕਦਾ। ਸਭ ਤੋਂ ਪਹਿਲਾ ਸਵਾਲ ਤਾਂ ਇਹ ਕਿ ਕਈ ਲੋਕਾਂ ਨੂੰ ਬੜੇ ਕਨਫਿਊਜ਼ਨ ਰਹਿੰਦੇ ਕਿ ਬਵਾਸੀਰ ਹੁੰਦਾ ਕੀ ਹੈ, ਸਾਨੂੰ ਜ਼ਰਾ ਵਿਸਥਾਰ 'ਚ ਦੱਸੋ ਕਿ ਬਵਾਸੀਰ ਬਿਮਾਰੀ ਹੈ ਕੀ। ਡਾਕਟਰ ਸਾਹਿਬ, ਬੇਸਿਕਲੀ ਜਿਹੜੀ ਗੁਦਾ ਹੈ ਉਹਦਾ ਬਿਲਕੁਲ ਥੱਲੜਾ ਹਿੱਸਾ ਜਿਹੜਾ ਹੈ ਜੀ, ਉੱਥੇ ਖੂਨ ਦੀਆਂ ਨਾੜੀਆਂ ਹੁੰਦੀਆਂ ਜੀ। ਜਿਸ ਵੇਲੇ ਉਹ ਖੂਨ ਦੀਆਂ ਨਾੜੀਆਂ ਫੁੱਲ ਜਾਂਦੀਆਂ ਜੀ ਜਾਂ ਉੱਥੇ ਕੋਈ ਸੋਜਿਸ਼ ਪੈ ਜਾਂਦੀ ਹੈ ਜੀ, ਉੱਥੋਂ ਬਵਾਸੀਰ ਬਣਨੀ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਉਸ ਜਗ੍ਹਾ ਤੋਂ ਮਰੀਜ਼ ਨੂੰ ਕਦੀ ਜਲਨ ਵੀ ਹੋ ਸਕਦੀ ਹੈ, ਮਰੀਜ਼ ਕੰਪਲੇਨ ਕਰ ਸਕਦਾ ਜੀ ਮੈਨੂੰ ਜਲਨ ਰਹਿੰਦੀ ਹੈ ਗੁਦਾ ਦੇ ਅੰਦਰ ਜੀ, ਜਾਂ ਉੱਥੋਂ ਖੂਨ ਆਉਣਾ ਵੀ ਸ਼ੁਰੂ ਹੋ ਸਕਦਾ ਜੀ। ਡਾਕਟਰ ਸਾਹਿਬ ਤੁਸੀਂ ਦੱਸਿਆ ਖੂਨ ਦੀਆਂ ਨਾੜੀਆਂ ਬਲੌਕ ਜਿਹੀਆਂ ਹੋ ਜਾਂਦੀਆਂ ਜਾਂ ਉਹ ਮੌਕੇ ਟਾਈਪ ਬਣ ਜਾਂਦੇ ਆਮ ਤੌਰ 'ਤੇ, ਤੁਸੀਂ ਨਾਲ ਜ਼ਿਕਰ ਕੀਤਾ ਕਿ ਖੂਨ ਵੀ ਆ ਸਕਦਾ। ਸਾਡੇ ਲੋਕਾਂ ਨੂੰ ਬੜਾ ਕਨਫਿਊਜ਼ਨ ਰਹਿੰਦਾ ਕਿ ਬਵਾਸੀਰ ਖੂਨ ਵਾਲੀ ਕੀ ਹੁੰਦੀ ਹੈ, ਦੂਜੀ ਕੀ ਹੁੰਦੀ ਹੈ, ਇਹ ਵੀ ਸਾਨੂੰ ਦੱਸੋ ਕਿ ਬਵਾਸੀਰ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਡਾਕਟਰ ਸਾਹਿਬ ਮੁੱਖ ਤੌਰ 'ਤੇ ਬਵਾਸੀਰ ਦੇ ਦੋ ਆਪਣੇ ਹੈਗੇ ਨੇ, ਦੋ ਹਿੱਸਿਆਂ ਦੇ ਵਿੱਚ ਹੈ, ਇੱਕ ਐਕਸਟਰਨਲ ਇੱਕ ਇੰਟਰਨਲ। ਐਕਸਟਰਨਲ ਦਾ ਮਤਲਬ ਹੈ ਜਿਹੜੀ ਬਾਹਰਲੇ ਪਾਸੇ ਹੈ। ਅਗਰ ਅਸੀਂ ਜ਼ਰਾ ਡੂੰਘਾਈ 'ਚ ਜਾ ਕੇ ਤਕਨੀਕੀ ਦੇਖੀਏ ਤਾਂ 2 ਸੈਂਟੀਮੀਟਰ 2.5 ਸੈਂਟੀਮੀਟਰ ਦੇ ਉੱਪਰ ਇੱਕ ਲਾਈਨ ਹੈ ਜਿਹਨੂੰ ਅਸੀਂ ਡੈਂਟੇਟ ਲਾਈਨ ਕਹਿੰਦੇ ਹਾਂ। ਜਿਹੜੀ ਚੀਜ਼ ਉਸ ਤੋਂ ਥੱਲੇ ਰਹਿੰਦੀ ਹੈ ਉਹਨੂੰ ਅਸੀਂ ਐਕਸਟਰਨਲ ਜਾਂ ਬਾਹਰਲੀ ਬਵਾਸੀਰ ਕਹਿੰਦੇ ਹਾਂ, ਔਰ ਜਿਹੜੀ ਉਸ ਤੋਂ ਉੱਪਰ ਹੁੰਦੀ ਹੈ ਉਹਨੂੰ ਅਸੀਂ ਇੰਟਰਨਲ ਬਵਾਸੀਰ ਕਹਿੰਦੇ ਹਾਂ, ਅੰਦਰੂਨੀ ਬਵਾਸੀਰ ਕਹਿੰਦੇ। ਮੋਟੇ ਤੌਰ 'ਤੇ ਆਪਾਂ ਕਹਿ ਸਕਦੇ ਜਿਹੜੇ ਮੌਕੇ ਬਾਹਰ ਨਜ਼ਰ ਆਉਂਦੇ ਆ ਉਹਨਾਂ ਨੂੰ ਆਪਾਂ ਐਕਸਟਰਨਲ ਕਹਿ ਦਿੰਦੇ ਹਾਂ। ਹਾਂਜੀ, ਅਤੇ ਜਿਹੜੇ ਅੰਦਰ ਆਉਂਦੇ ਆ ਉਹਨਾਂ ਨੂੰ ਅਸੀਂ ਇੰਟਰਨਲ ਬਵਾਸੀਰ ਦੇ ਰੂਪ 'ਚ ਜਾਣਦੇ ਹਾਂ। ਡਾਕਟਰ ਸਾਹਿਬ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਬੜੇ ਤਰ੍ਹਾਂ ਦੇ ਇਹਦੇ ਇਲਾਜ ਦੇ ਤਰੀਕੇ ਇਸਤੇਮਾਲ ਕੀਤੇ ਜਾਂਦੇ ਆ, ਚਾਹੇ ਉਹ ਦੇਸੀ ਤਰੀਕੇ ਨੇ, ਕੋਈ ਧਾਗਾ ਬਣ ਰਿਹਾ, ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਨੁਸਖਾ ਲਗਾ ਰਿਹਾ, ਇਹ ਕਿੰਨੇ ਕੁ ਸਹੀ ਕਾਰਗਰ ਤਰੀਕੇ ਨੇ? ਜਿਹੜੀ ਤੁਹਾਡੀ ਤਕਨੀਕ ਹੈ ਉਹਦੇ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ, ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿੰਨੇ ਕੁ ਸਹੀ ਤਕਨੀਕ ਹੈ। ਡਾਕਟਰ ਸਾਹਿਬ ਅਗਰ ਦੇਖਿਆ ਰਹੇ ਤਾਂ ਆਪਣੇ ਇੱਥੇ ਬਹੁਤ ਜ਼ਿਆਦਾ ਦੇਸੀ ਇਲਾਜ ਹੁੰਦਾ ਜੀ, ਤੁਸੀਂ ਬਹੁਤ ਜਗ੍ਹਾ 'ਤੇ ਪੜ੍ਹਿਆ ਹੋਏਗਾ ਬੰਗਾਲੀ ਡਾਕਟਰ ਇਲਾਜ ਕਰਦੇ ਹੈ ਜਾਂ ਨੀਮ ਹਕੀਮ ਜਿਹੜੇ ਬਾਹਰ ਬੈਠੇ ਹੈ, ਬਟ ਉਹਦੇ ਨਾਲ ਇੱਕ ਲਾਈਨ ਹੋਰ ਵੀ ਜੋੜੀ ਜਾਂਦੀ ਹੈ ਕਿ ਨੀਮ ਹਕੀਮ ਖਤਰਾ ਜਾਨ। ਸੋ ਮੈਂ ਤਾਂ ਇਹ ਰਿਕਮੈਂਡ ਕਰਾਂਗਾ ਕਿ ਤੁਸੀਂ ਜਿਸ ਵੇਲੇ ਵੀ ਕਦੀ ਕੋਈ ਵੀ ਬਿਮਾਰੀ ਹੋਵੇ, ਬਵਾਸੀਰ ਕਿਉਂ, ਕਦੀ ਵੀ ਕਿਸੇ ਨੂੰ ਕੋਈ ਬਿਮਾਰੀ ਹੋਵੇ, ਹਮੇਸ਼ਾ ਇੱਕ ਪੜ੍ਹੇ ਲਿਖੇ ਆਪਣੇ ਫੀਲਡ ਦੇ ਸਪੈਸ਼ਲਿਸਟ ਐਕਸਪਰਟ ਡਾਕਟਰ ਕੋਲ ਜਾ ਕੇ ਉਹਦਾ ਓਪੀਨੀਅਨ ਲਓ। ਬਹੁਤ ਵਾਰੀ ਡਾਕਟਰ ਸਾਹਿਬ ਦੇਖਦੇ ਨੇ ਜਿਹੜੇ ਝੋਲਾ ਛਾਪ ਡਾਕਟਰ ਜੇ ਹੁੰਦੇ ਆ ਉਹਨਾਂ ਕੋਲ ਇਲਾਜ ਕਰਾ ਕੇ ਸਗੋਂ ਪ੍ਰੋਬਲਮਸ ਕਈ ਵਾਰੀ ਵੱਧ ਕੇ ਆਉਂਦੀਆਂ ਨੇ, ਡਾਕਟਰ ਸਾਹਿਬ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਸ ਤਰ੍ਹਾਂ ਕਿ ਇੱਕ ਪੜ੍ਹੇ ਲਿਖੇ ਡਾਕਟਰ ਨੂੰ ਪਤਾ ਹੈ ਕਿ ਮੈਂ ਕੀ ਕਰਨਾ ਔਰ ਕੀ ਨਹੀਂ ਕਰਨਾ ਜੀ, ਲੇਕਿਨ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਹੈ ਉਹ ਸ਼ਾਇਦ ਆਪਣੇ ਕਿਤੇ ਐਕਸਪੀਰੀਅੰਸ ਤੋਂ ਜਾਂ ਕੁਛ ਹੋਰ ਤਰੀਕੇ ਨਾਲ, ਜਿੱਦਾਂ ਤੁਸੀਂ ਵਰਡ ਯੂਜ਼ ਕੀਤਾ ਝੋਲਾ ਛਾਪ ਡਾਕਟਰ ਜੀ, ਉਹ ਤਰੀਕੇ ਨਾਲ ਕੁਛ ਨਾ ਕੁਛ ਆਪਣਾ ਕੁਛ ਕਰਦੇ ਰਹਿੰਦੇ ਨੇ, ਕਦੀ ਕੋਈ ਐਸਿਡ ਲਗਾ ਰਹਿੰਦਾ, ਕਦੀ ਕੋਈ ਧਾਗਾ ਪਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਮੇਰੇ ਹਿਸਾਬ ਦੇ ਨਾਲ ਇਹ ਸਭ ਜਿਹੜੀ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ, ਬੈਨ ਹੋਣੀਆਂ ਚਾਹੀਦੀਆਂ। ਅਨਫੋਰਚੁਨੇਟਲੀ ਸਾਡੇ ਸਭ ਕੁਛ ਇੱਥੇ ਹੋ ਰਿਹਾ, ਬਟ ਐਕਸਪਰਟ ਵੀ ਬੈਠੇ ਨੇ, ਮਰੀਜ਼ਾਂ ਨੂੰ ਹੋਣਾ ਚਾਹੀਦਾ ਕਿ ਐਕਸਪਰਟ ਜਿਹੜੇ ਹੈਗੇ ਹੈ ਉਹੀ ਆਪਣੇ ਕੰਮ ਨੂੰ ਇਹ ਚੀਜ਼ ਕਰਨ, ਮਰੀਜ਼ਾਂ ਨੂੰ ਐਕਸਪਰਟ ਕੋਲ ਹੀ ਜਾਣਾ ਚਾਹੀਦਾ। ਸਭ ਤਕਨੀਕ 'ਤੇ ਆਉਣ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗਾ ਕਿ ਬਵਾਸੀਰ ਦੀਆਂ ਵੱਖਰੀਆਂ ਵੱਖਰੀਆਂ ਸਟੇਜਿਸ ਤੁਸੀਂ ਦੱਸਦੇ ਹੁੰਦੇ ਹੋ ਕਿ ਆਮ ਤੌਰ 'ਤੇ ਗ੍ਰੇਡਿੰਗਸ ਹੁੰਦੀਆਂ ਉਹਦੀਆਂ? ਹਾਂ, ਇਹ ਆਪਾਂ ਇੱਕ ਸਲਾਈਡ ਦੇਖ ਸਕਦੇ ਹਾਂ ਜਿਹਦੇ ਵਿੱਚ ਬੜਾ ਲਿਖਿਆ ਹੋਇਆ ਕਲੀਅਰਲੀ ਜੀ। ਜਿਹੜੀ ਉੱਪਰ ਤੁਸੀਂ ਗ੍ਰੇਡ 1 ਦੇਖ ਰਹੇ ਹੋ ਜੀ, ਇਹ ਬਿਲਕੁਲ ਛੋਟੀਆਂ ਪਾਈਲ ਮਾਸ ਹੈਗੇ ਨੇ ਜਿਹਦੇ ਵਿੱਚ ਮਰੀਜ਼ ਆਮ ਤੌਰ 'ਤੇ ਕੰਪਲੇਂਟ ਕਰਦੇ ਹੈ ਕਿ ਉਹਨਾਂ ਦੇ ਜਲਨ ਰਹਿੰਦੀ ਹੈ ਜੀ। ਸਟੇਜ 2 ਹੁੰਦੀ ਹੈ ਕਿ ਜਿਹਦੇ ਵਿੱਚ ਬਵਾਸੀਰ ਦਾ ਮੌਕਾ
ਲੈਟ੍ਰਿਨ ਕਰਨ ਲੱਗੇ ਬਾਹਰ ਆਉਂਦਾ ਬਟ ਆਪਣੇ ਆਪ ਹੀ ਅੰਦਰ ਚਲੇ ਜਾਂਦਾ, ਲੈਟ੍ਰਿਨ ਤੋਂ ਬਾਅਦ ਅੰਦਰ ਚਲਾ ਜਾਂਦਾ, ਆਪਣੇ ਆਪ ਹੀ ਚਲੇ ਜਾਂਦਾ। ਗ੍ਰੇਡ 3 ਜਿਹੜਾ ਹੈਗਾ ਉਹਦੇ 'ਚ ਮੌਕਾ ਪੂਰਾ ਬਾਹਰ ਆਉਂਦਾ ਬਟ ਮਰੀਜ਼ ਆਪਣੀ ਉਂਗਲੀ ਨਾਲ ਉਹਨੂੰ ਅੰਦਰ ਕਰ ਸਕਦਾ। ਔਰ ਜਿਹੜੀ ਸਟੇਜ 4 ਹੈ ਉਹਦੇ ਵਿੱਚ ਮੌਕਾ ਬਾਹਰ ਹੀ ਰਹਿੰਦਾ, ਉਹ ਅੰਦਰਲੇ ਪਾਸੇ ਦੁਬਾਰਾ ਨਹੀਂ ਜਾਂਦਾ, ਜਾਂ ਆਪਣੀ ਨਾਲ ਕੋਸ਼ਿਸ਼ ਕਰਦਾ ਵੀ ਨਹੀਂ ਜਾਂਦਾ, ਨਹੀਂ ਜਾਂਦਾ ਉਹਦੇ 'ਚ ਨਹੀਂ ਜਾਂਦਾ। ਜੀ ਜੀ ਜੀ, ਇਹ 4 ਸਟੇਜਿਸ ਆਮ ਤੌਰ 'ਤੇ ਹੁੰਦੀਆਂ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਬਵਾਸੀਰ ਦੇ ਵਿੱਚ ਕਬਜ਼ੀ ਦਾ, ਮੈਂ ਪੁੱਛਣਾ ਚਾਹਾਂਗਾ ਕਬਜ਼ੀ ਦਾ ਕੀ ਰੋਲ ਹੈ ਅਤੇ ਕਬਜ਼ੀ ਨੂੰ ਅਵੋਇਡ ਕਰਨ ਵਾਸਤੇ ਕੀ ਕੁਛ ਐਡਵਾਈਸ ਕੀਤਾ ਜਾਣਾ ਚਾਹੀਦਾ? ਅਗਰ ਆਪਾਂ ਬਵਾਸੀਰ ਦੇ ਅਲੱਗ ਅਲੱਗ ਕਾਰਨ ਦੇਖੀਏ ਜੀ, ਅਤੇ ਕਾਰਨ ਦੇ ਵਿੱਚ ਕਬਜ਼, ਜ਼ਿਆਦਾ ਦੇਰ ਸੀਟ 'ਤੇ ਬੈਠਣਾ, ਕਈ ਲੋਕਾਂ ਨੂੰ ਆਦਤ ਹੁੰਦੀ ਹੈ ਨਿਊਜ਼ ਪੇਪਰ ਪੜ੍ਹਦੇ ਰਹਿਣਾ, ਉੱਥੇ ਬੈਠ ਕੇ ਅੱਧਾ ਘੰਟਾ ਪੌਣਾ ਘੰਟਾ, ਜਾਂ ਲੈਟ੍ਰਿਨ ਕਰਨ ਲੱਗੇ ਜ਼ੋਰ ਲਗਾਉਣਾ ਜੀ, ਇਹ ਸਾਰੇ ਨਾਲੋਂ ਜ਼ਿਆਦਾ ਕੋਮਨ ਪ੍ਰੋਬਲਮਸ ਹੈਗੀਆਂ, ਕੋਮਨ ਕਾਰਨ ਹੈ ਜਿਹਦੇ ਕਾਰਨ ਬਵਾਸੀਰ ਹੋ ਸਕਦੀ ਹੈ। ਉਸ ਤੋਂ ਬਾਅਦ ਇੱਦਾਂ ਹੀ ਜਿਹੜੇ ਸ਼ਰਾਬ ਪੀਂਦੇ ਨੇ ਲੋਕ, ਕਈ ਸਿਰੋਸਿਸ ਆਫ ਲੀਵਰ ਜਿਹਨੂੰ ਕਹਿੰਦੇ ਹੈ, ਉਸ ਤੋਂ ਬਾਅਦ ਵੀ ਬਵਾਸੀਰ ਬਣ ਸਕਦੀ ਹੈ। ਔਰ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਜਿਹੜੀਆਂ ਗਰਭਵਤੀ ਮਹਿਲਾਵਾਂ ਹੁੰਦੀਆਂ, ਲੇਡੀਜ਼ ਜਿਹੜੀਆਂ, ਜਿਸ ਵੇਲੇ ਉਹਨਾਂ ਦਾ ਬੱਚੇਦਾਨੀ ਦਾ ਜਿਹੜਾ ਪ੍ਰੈਸ਼ਰ ਹੈ ਉਹ ਨਿਚਲੇ ਪਾਸੇ ਅਗਰ ਆਉਣ 'ਤੇ ਪੈਂਦਾ, ਉਸ ਤੋਂ ਬਾਅਦ ਬਵਾਸੀਰ ਬਣਨ ਦੇ ਚਾਂਸਿਸ ਰਹਿੰਦੇ ਆ। ਔਰ ਜਿੱਥੇ ਤੱਕ ਤੁਸੀਂ ਪੁੱਛਿਆ ਕਬਜ਼ ਦਾ, ਕਬਜ਼ ਲਈ ਲਾਈਫ ਸਟਾਈਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੋਡੀਫਿਕੇਸ਼ਨ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ, ਜਿੰਨਾ ਜ਼ਿਆਦਾ ਹੋ ਸਕੇ ਉਨੇ ਜ਼ਿਆਦਾ ਸਾਨੂੰ ਵਾਕ ਕਰਨੀ ਚਾਹੀਦੀ ਹੈ, ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ, ਔਰ ਹਾਈ ਫਾਈਬਰ ਡਾਈਟ। ਹਾਈ ਫਾਈਬਰ ਡਾਈਟ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ ਸਾਡੇ ਦਰਸ਼ਕਾਂ ਵਾਸਤੇ ਕਿ ਹਾਈ ਫਾਈਬਰ ਡਾਈਟ ਦੇ ਵਿੱਚ ਕੀ ਚੀਜ਼ ਆ ਜਾਂਦੀ ਹੈ ਜਿਹੜੀ? ਹਾਈ ਫਾਈਬਰ ਡਾਈਟ ਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਹਰੀ ਸਬਜ਼ੀਆਂ ਜ਼ਿਆਦਾ ਲਓ, ਤੁਸੀਂ ਸਲਾਦ ਜ਼ਿਆਦਾ ਲਓ, ਉਸ ਤੋਂ ਬਾਅਦ ਛਿਲਕੇ ਲੀਆਂ ਦਾਲਾਂ ਜ਼ਿਆਦਾ ਲਓ, ਜਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਜਿੱਦਾਂ ਅਸੀਂ ਫਰੂਟ ਖਾਂਦੇ ਹਾਂ ਲਾਈਕ ਐਪਲ, ਜਿਸ ਵੇਲੇ ਅਸੀਂ ਐਪਲ ਖਾਂਦੇ ਹਾਂ ਉਹਦੇ 'ਚ ਕਈ ਵਾਰੀ ਆਪਾਂ ਛਿਲਕਾ ਉਹਦਾ ਕੱਢ ਦਿੰਦੇ ਹਾਂ, ਉਹ ਛਿਲਕਾ ਜਿਹੜਾ ਹੈਗਾ ਦੈਟ ਇਜ਼ ਦੇ ਪਾਰਟ ਆਫ ਫਾਈਬਰਸ ਫੂਡ, ਉਹ ਇੱਕ ਫਾਈਬਰ ਦਾ ਹਿੱਸਾ ਜਿਹਨੂੰ ਹਮੇਸ਼ਾ ਸਭ ਨੂੰ ਰਿਕਮੈਂਡ ਆਪਾਂ ਨੂੰ ਕਰਨਾ ਚਾਹੀਦਾ ਕਿ ਜਿਸ ਵੇਲੇ ਵੀ ਤੁਸੀਂ ਸੇਬ ਖਾ ਰਹੇ ਹੋ ਜਾਂ ਕੁਛ ਲੈ ਰਹੇ ਹੋ ਤੁਸੀਂ ਛਿਲਕੇ ਦੇ ਨਾਲ ਲੈਵੋ। ਡੋਪਲਰ ਕੀ ਚੀਜ਼ ਹੈ ਜੀ? ਸਾਨੂੰ ਇਹ ਜ਼ਰਾ ਸਲਾਈਡ ਇੱਕ ਡੋਪਲਰ ਦੀ ਸਾਡੇ ਕੋਲ ਹੈਗੀ ਹੈ, ਉਹ ਵੀ ਦਿਖਾ ਦਿਓ ਜੀ। ਇਹ ਕੀ ਚੀਜ਼ ਹੈ ਡਾਕਟਰ ਸਾਹਿਬ? ਇਹ ਜਿਹੜਾ ਅੱਜ ਦਾ ਟੋਪਿਕ ਹੈ ਡਾਕਟਰ ਸਾਹਿਬ, ਉਹਦੇ ਉੱਪਰ ਲੇਟੈਸਟ ਚੀਜ਼ਾਂ ਇਹ ਜਿਹੜੀਆਂ ਆਪਾਂ ਡਿਸਕਸ ਕਰ ਰਹੇ ਹਾਂ, ਤਕਨੀਕ ਦੱਸਣ ਜਾ ਹਾਂ, ਇਹ ਡੋਪਲਰ ਟੈਕਨੀਕ ਹੈ। ਆਮ ਤੌਰ 'ਤੇ ਅਗਰ ਦੇਖਿਆ ਗਿਆ ਕਿ ਉਹਦੇ ਵਿੱਚ 3 ਪੋਜੀਸ਼ਨਸ, 3, 7 ਅਤੇ 11, ਅਤੇ ਅਸੀਂ ਲੋਕ ਕਹਿ ਦਿੰਦੇ ਹਾਂ, ਸਰਜਨਸ ਵੀ ਕਹਿ ਦਿੰਦੇ ਹਾਂ ਕਿ ਇਹ ਆਮ ਤੌਰ 'ਤੇ ਪਾਇਲਸ ਇੱਥੇ ਹੁੰਦੀਆਂ, ਲੇਕਿਨ ਅਗਰ ਅਸੀਂ ਦੇਖੀਏ ਤਾਂ ਜਿਹੜੀ ਖੂਨ ਦੀ ਆਂਤੜੀ ਸਪਲਾਈ ਕਰ ਰਹੀ ਹੈ ਉਹਦੀਆਂ 6 ਤੋਂ 8 ਬ੍ਰਾਂਚਿਸ ਹੁੰਦੀਆਂ, ਔਰ ਡੋਪਲਰ ਐਸੀ ਟੈਕਨੀਕ ਹੈ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿਹੜੀ ਬ੍ਰਾਂਚ ਕਿੱਥੇ ਜਾ ਰਹੀ ਹੈ। ਜਿੱਦਾਂ ਕਿ ਤੁਸੀਂ ਇਹ ਸਲਾਈਡ ਦੇਖ ਰਹੇ ਹੋ, ਪਹਿਲੇ ਡੋਪਲਰ ਦੇ ਨਾਲ ਅਸੀਂ ਪਤਾ ਕਰ ਲਿਆ ਕਿ ਟੋਟਲ ਕਿੰਨੀਆਂ ਬ੍ਰਾਂਚਿਸ ਹੈ, ਕਿੱਥੇ ਜਾ ਰਹੀਆਂ, ਉਸ ਤੋਂ ਬਾਅਦ ਉਹਦੇ ਵਿੱਚੋਂ ਹੀ ਆਪਾਂ ਧਾਗੇ ਦੇ ਨਾਲ ਉਹਨੂੰ ਸਟਿਚ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਕਿ ਉਹਦੀ ਬਲੱਡ ਸਪਲਾਈ ਕੰਟਰੋਲ ਹੋ ਜਾਏ, ਔਰ ਉਸ ਤੋਂ ਬਾਅਦ ਜਿਹੜਾ ਪੋਰਸ਼ਨ ਆਪਣਾ ਥੱਲੇ ਜਿੱਦਾਂ ਤੁਸੀਂ ਲਾਸਟ ਲਾਈਟ 'ਚ ਦੇਖ ਰਹੇ ਹੋ ਕਿ ਪਾਈਲ ਮਾਸ ਰਹਿ ਗਿਆ, ਉਸ ਤੋਂ ਬਾਅਦ ਉਹਨੂੰ ਅਸੀਂ ਲੇਜ਼ਰ ਦੇ ਨਾਲ ਕਰ ਦਿੰਦੇ, ਜਿੱਦਾਂ ਕਿ ਆਪਾਂ ਨੂੰ ਇਹ ਸਲਾਈਡ ਦੇ ਵਿੱਚ ਨਜ਼ਰ ਆ ਰਿਹਾ। ਲੇਜ਼ਰ ਇਹ ਟੈਕਨੀਕ ਐਸੀ ਹੈ ਜਿਹਦੇ 'ਚ ਕੋਈ ਕਟਿੰਗ ਨਹੀਂ, ਕੋਈ ਦਰਦ ਨਹੀਂ, ਕੋਈ ਖੂਨ ਨਹੀਂ ਪੈਂਦਾ, ਔਰ ਨਾ ਹੀ ਮਰੀਜ਼ ਨੂੰ ਕਿਸੇ ਤਰੀਕੇ ਦੀ ਕੋਈ ਓਪਰੇਸ਼ਨ ਤੋਂ ਬਾਅਦ ਪੱਟੀ ਵਗੈਰਾ ਦੀ ਜ਼ਰੂਰਤ ਪੈਂਦੀ ਹੈ। ਜਿੱਦਾਂ ਤੁਸੀਂ ਦੂਜੀ ਸਲਾਈਡ ਦੇਖ ਰਹੇ ਹੋ ਉਹਦੇ ਨਾਲ ਹੀ ਬਣੀ ਹੋਈ, ਓਪਨ ਸਰਜਰੀ ਵਰਸਿਸ ਡੋਪਲਰ ਐਂਡ ਲੇਜ਼ਰ, ਇਹ ਦੋਨਾਂ ਦੇ ਵਿੱਚ ਇਹ ਫਰਕ ਹੈ। ਅੱਛਾ, ਮੇਰੇ ਖਿਆਲ ਹੈ ਅਸੀਂ ਇੱਕ ਬਹੁਤ ਅੱਛੀ ਅਤੇ ਨਵੀਂ ਸੂਚਨਾ ਸਾਰੇ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਓਪਰੇਸ਼ਨ ਜਿਹੜਾ ਹੈਗਾ ਉਹ ਬਿਨਾਂ ਚਾਕੂ ਛੁਰੀਆਂ ਦੇ ਵੀ ਹੋ ਸਕਦਾ ਅਤੇ ਬਿਨਾਂ ਕੱਟ ਲਗਾਇਆ ਵੀ ਓਪਰੇਸ਼ਨ ਸੰਭਵ ਹੈ। ਡਾਕਟਰ ਸਾਹਿਬ, ਇਹ ਲੇਟੈਸਟ ਓਪਰੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਲੇਕਿਨ ਬਵਾਸੀਰ 'ਚ ਕੋਮਨ ਪ੍ਰੋਬਲਮ ਇਹ ਹੁੰਦੀ ਸੀ ਕਿ ਪਹਿਲੇ ਲੋਕ ਓਪਰੇਟ ਕਰਵਾ ਲੈਂਦੇ ਸੀ ਤਾਂ ਫਿਰ ਦੁਬਾਰਾ ਰੈਕਰੈਂਸ ਹੋ ਜਾਂਦੀ ਸੀ, ਇਹ ਜਿਹੜੀ ਤਕਨੀਕ ਹੈ ਇਹਦੇ ਨਾਲ ਰੈਕਰੈਂਸ ਦਾ ਕੀ ਸੰਬੰਧ ਹੈ ਦੁਬਾਰਾ ਹੋਣ ਬਾਰੇ 'ਚ? ਡਾਕਟਰ ਸਾਹਿਬ, ਬਹੁਤ ਅੱਛਾ ਕੁਐਸਚਨ ਤੁਸੀਂ ਕੀਤਾ ਜੀ। ਜਿੱਦਾਂ ਆਪਾਂ ਆਲਰੇਡੀ ਗੱਲ ਕਰਕੇ ਚੁੱਕੇ ਹਾਂ ਕਿ ਜਿਸ ਵੇਲੇ ਅਸੀਂ ਓਪਨ ਸਰਜਰੀ ਕਰਦੇ ਹਾਂ ਜੀ, ਉਹਦੇ ਵਿੱਚ ਸਿਰਫ ਜਿੱਥੇ ਪਾਈਲ ਮਾਸ ਬਣੇ ਉਹਨੂੰ ਅਸੀਂ ਦੇਖ ਲੈਂਦੇ ਹਾਂ ਜੀ, ਲੇਕਿਨ ਡੋਪਲਰ ਐਸੀ ਟੈਕਨੀਕ ਹੈ ਕਿ ਜਿਹਦੇ ਨਾਲ ਜਿਸ ਜਗ੍ਹਾ 'ਤੇ ਵੀ ਖੂਨ ਦੀ ਸਪਲਾਈ ਹੋਏਗੀ ਛੋਟੇ ਤੋਂ ਛੋਟਾ ਪਾਈਲ ਮਾਸ ਵੀ ਉਹਨੇ ਉੱਥੋਂ ਪਿੱਕ ਕਰ ਲੈਣਾ ਜੀ। ਜਿੱਦਾਂ ਇੱਕ ਗਰਭਵਤੀ ਮਹਿਲਾ ਅਗਰ ਆਪਣਾ ਜਿੱਦਾਂ ਡੋਪਲਰ ਕਰਾਉਣ ਜਾਂਦੇ ਨੇ ਦੇਖਣ ਲਈ ਕਿ ਜਿਹੜਾ ਬੱਚੇ ਦੀ ਹਾਰਟ ਸਾਊਂਡ ਹੈ ਉਹ ਕਿੱਦਾਂ, ਉਸੇ ਤਰੀਕੇ ਦੇ ਨਾਲ ਡੋਪਲਰ ਜਿਹੜਾ ਹੈ ਇਹ ਖੂਨ ਦੀ ਨਾੜੀ ਪਿੱਕ ਕਰ ਦਿੰਦਾ, ਉੱਥੋਂ ਪਤਾ ਲੱਗ ਜਾਂਦਾ ਕਿ ਕਿੰਨੇ ਮਿਲੀਮੀਟਰ ਡੀਪ ਨਾੜੀ ਜਾ ਰਹੀ ਹੈ, 3 ਮਿਲੀਮੀਟਰ 4 ਜਾਂ 5, ਉਹ ਸਾਰੀਆਂ ਨਾੜੀਆਂ ਆਪਾਂ ਉਹਨਾਂ ਨੂੰ ਬੰਨ ਲੈਂਦੇ ਹਾਂ। ਇਸ ਕਰਕੇ ਅੱਗੇ ਤੋਂ ਬਵਾਸੀਰ ਹੋਣ ਦਾ
ਜਿਹੜੇ ਰੈਕਰੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਚਾਂਸ ਦੁਬਾਰਾ ਚਾਂਸ ਤੋਂ ਬਾਅਦ ਉਹ ਕਾਫੀ ਘੱਟ ਜਾਂਦੇ ਆ। 90% ਰੋਲ ਮੈਂ ਇਹਦੇ 'ਚ ਕਹਾਂਗਾ ਹੈਗਾ ਸਰਜਨ ਦਾ, 10% ਰੋਲ ਹੈਗਾ ਜਿਹੜਾ ਉਹ ਹੈਗਾ ਮਰੀਜ਼ ਦਾ, ਕਿਉਂਕਿ ਮਰੀਜ਼ ਨੂੰ ਜੇ ਕਬਜ਼ ਰਹਿੰਦੀ ਹੈ, ਜੇ ਉਹ ਆਪਣਾ ਉਹਦੇ 'ਚ ਪਾਣੀ ਜ਼ਿਆਦਾ ਨਹੀਂ ਪੀਂਦਾ ਜਾਂ ਬਾਕੀ ਚੀਜ਼ਾਂ ਜਿੱਦਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਫਾਈਬਰ ਡਾਈਟ ਨਹੀਂ ਲੈਂਦਾ, ਅਗਰ ਉਹਨੂੰ ਨਹੀਂ ਉਹ ਫੋਲੋ ਕਰਦਾ ਉਸ ਤੋਂ ਬਾਅਦ ਨੈਚੁਰਲੀ ਕੋਈ ਵੀ ਚੀਜ਼ ਦੁਬਾਰਾ ਹੋਣ ਦੇ ਚਾਂਸਿਸ ਹੈ। ਡਾਕਟਰ ਸਾਹਿਬ, ਇੱਕ ਤਾਂ ਤੁਸੀਂ ਬੜੀ ਅੱਛੀ ਸੂਚਨਾ ਦਿੱਤੀ, ਤਕਨੀਕ ਨਵੀਂ, ਦੂਸਰਾ ਇਹ ਫਾਇਦਾ ਕਿ ਦੁਬਾਰਾ ਵੀ ਨਹੀਂ ਹੁੰਦਾ। ਇੱਕ ਦਰਸ਼ਕ ਸਾਡੇ ਵਿਹੜੇ ਵਿੱਚ ਆਏ ਨੇ ਜੀ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ, ਉਹਨਾਂ ਦਾ ਸਵਾਲ ਸੁਣਦੇ ਜੀ। ਨਮਸਕਾਰ ਜੀ, ਰਾਕੇਸ਼ ਬਾਂਸਲ ਬੋਲ ਰਿਹਾ ਮੁਕਤਸਰ ਤੋਂ। ਬਾਂਸਲ ਸਾਹਿਬ, ਮੈਂ ਮਾਣਯੋਗ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕਈ ਹਸਪਤਾਲਾਂ ਵਿੱਚ ਲਿਖਿਆ ਹੁੰਦਾ ਜੀ ਇੱਥੇ ਗੈਸ ਨਾਲ ਬਵਾਸੀਰ ਦੇ ਆਪਰੇਸ਼ਨ ਕੀਤੇ ਜਾਂਦੇ ਆ, ਜੀ ਜੀ ਜੀ, ਉਹ ਕਾਮਯਾਬ ਹੈ ਤੇ ਉਹ ਗੈਸ ਕੀ ਚੀਜ਼ ਹੈ ਜੀ ਵੀ ਜਿਹੜਾ ਹਰ ਜਗ੍ਹਾ ਜਗ੍ਹਾ ਤੇ ਲਿਖਿਆ ਹੁੰਦਾ ਜੀ ਵੀ ਇੱਥੇ ਗੈਸ ਨਾਲ ਬਵਾਸੀਰ ਦੇ ਆਪਰੇਸ਼ਨ ਕੀਤੇ ਜਾਂਦੇ ਆ? ਬਾਂਸਲ ਸਾਹਿਬ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜਾ ਜ਼ਰੂਰੀ ਤੇ ਅੱਛਾ ਸਵਾਲ ਤੁਸੀਂ ਪੁੱਛਿਆ। ਡਾਕਟਰ ਸਾਹਿਬ, ਗੈਸ ਵਾਲੀ ਜਿਹੜੀ ਸਰਜਰੀ ਹੁੰਦੀ ਉਹ ਕੀ ਹੁੰਦੀ ਹੈ ਜੀ? ਜਿਹੜੀ ਗੈਸ ਵਾਲੀ ਸਰਜਰੀ ਉਹਨੂੰ ਕਰਾਇਓ ਸਰਜਰੀ ਕਿਹਾ ਜਾਂਦਾ ਜੀ। ਉਹਦੇ ਵਿੱਚ -170 degrees ਤੇ ਜਿਹੜੀ ਗੈਸ ਹੈ ਉਹਦੇ ਉੱਪਰ ਅਪਲਾਈ ਕੀਤੀ ਜਾਂਦੀ ਹੈ ਬਵਾ ਸਿਰ ਦੇ ਉੱਪਰ। ਉਸ ਤੋਂ ਬਾਅਦ ਜਿਹੜਾ ਮੌਕਾ ਹੈਗਾ ਉਹ ਹੌਲੀ 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 ਕਰਕੇ ਉੱਥੇ ਪਿਘਲਣਾ ਜਾਂ ਭੁਰਨਾ ਸ਼ੁਰੂ ਹੋ ਜਾਂਦਾ, ਸੁੱਕਣਾ ਸ਼ੁਰੂ ਹੋ ਜਾਂਦਾ ਜੀ ਜੀ ਜੀ। ਲੇਕਿਨ ਇਹ ਸਾਰੀਆਂ ਟੈਕਨੀਕਸ ਪੁਰਾਣੀਆਂ, ਪਹਿਲੀ ਗੱਲ। ਦੂਜੀ ਗੱਲ, ਹਰ ਸਟੇਜ 'ਤੇ ਇਹ ਟੈਕਨੀਕ ਨਹੀਂ ਕੀਤੀ ਜਾ ਸਕਦੀ ਜੀ। ਅਗਰ ਆਪਾਂ ਸਟੇਜ 3 ਔਰ ਚੌਥੀ ਸਟੇਜ ਲੈ ਕੇ ਚੱਲੀਏ 3 and 4, ਉਹਦੇ ਵਿੱਚ ਜਿਹੜਾ ਸਭ ਨਾਲੋਂ ਕਾਮਯਾਬ ਤਰੀਕਾ ਅੱਜ ਦੇ ਦਿਨ ਹੈ ਪੂਰੀ ਦੁਨੀਆ ਦੇ ਵਿੱਚ, ਉਹ ਡੋਪਲਰ ਔਰ ਲੇਜ਼ਰ, ਇਹ ਦੋ ਟੈਕਨੀਕਸ ਹੈ। ਯਾਨੀ ਉਹ ਠੰਡੀ ਗੈਸ ਵਾਲੀ ਸਰਜਰੀ ਦੀ ਗੱਲ ਕਰ ਰਹੇ ਸੀ। ਤਕਨੀਕ ਉਹ ਵੀ ਅੱਛੀ ਹੈ ਲੇਕਿਨ ਪੁਰਾਣੀ ਹੈ, ਨਵੀਆਂ ਤਕਨੀਕਾਂ ਅੱਜ ਕੱਲ੍ਹ ਜਿਹੜੀਆਂ ਅਡੋਪਟ ਹੋ ਰਹੀਆਂ ਕਿਤੇ ਜ਼ਿਆਦਾ ਕਾਰਗਰ ਸਿੱਧ ਹੋ ਰਹੀਆਂ। ਡਾਕਟਰ ਸਾਹਿਬ, ਬੜੀ ਅੱਛੀ ਜਾਣਕਾਰੀ ਤੁਸੀਂ ਦੇ ਰਹੇ ਹੋ। ਅਸੀਂ ਆਮ ਤੌਰ 'ਤੇ ਸੁਣਦੇ ਹਾਂ ਕਿ ਬਵਾਸੀਰ ਵਾਲੀ ਜਿਹੜੀ ਜਗ੍ਹਾ ਹੈ ਉੱਥੇ 4 ਬਿਮਾਰੀਆਂ ਕਾਮਨਲੀ ਦੇਖੀਆਂ ਜਾਂਦੀਆਂ, ਇੱਕ ਉਹਦੇ 'ਚ ਪਗੰਦਰ ਵੀ ਹੁੰਦੀ ਹੈ, ਫਿਸਟੂਲਾ। ਉਹਦੇ ਬਾਰੇ ਵੀ ਸਾਨੂੰ ਵਿਸਤਾਰ 'ਚ ਦੱਸੋ ਕਿ ਪਗੰਦਰ ਕੀ ਚੀਜ਼ ਹੈ, ਇਹ ਕਿਉਂ ਹੁੰਦੀ ਹੈ? ਪਗੰਦਰ ਜਿਹੜੀ ਬਿਮਾਰੀ ਹੈ ਜੀ, ਇਹ 90% ਕੇਸਿਸ ਦੇ ਵਿੱਚ ਇੱਕ ਇਨਫੈਕਸ਼ਨ ਹੈ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਅਗਰ ਆਪਾਂ ਲੈ ਕੇ ਚੱਲੀਏ ਤੇ ਕ੍ਰਿਪਟੋਗ੍ਰੈਨੂਲਰ ਇਨਫੈਕਸ਼ਨ ਨੂੰ ਕਹਿੰਦੇ ਆ, ਜਿਹੜੇ 90% ਕੇਸਿਸ 'ਚ ਹੁੰਦੀ ਹੈ। ਕੁਛ ਗਲੈਂਡਸ ਐਸੇ ਹੈਗੇ ਆ ਜਿਹੜੇ ਇਨਫੈਕਸ਼ਨ ਹੋ ਕੇ ਜਿਨ੍ਹਾਂ ਦੀਆਂ ਡਕਟ ਬਲੋਕ ਹੋ ਜਾਂਦੀ ਹੈ, ਡਕਟ ਬਲੋਕ ਹੋਣ ਤੋਂ ਬਾਅਦ ਉਹਨਾਂ ਦੇ ਵਿੱਚ ਪਸ ਫਾਰਮੇਸ਼ਨ ਹੋ ਜਾਂਦੀ ਹੈ ਔਰ ਪਸ ਬਾਹਰ ਆਉਣ ਲਈ ਇੱਕ ਰਸਤਾ ਬਣਾਉਂਦੀ ਹੈ, ਔਰ ਜਿਹੜਾ ਰਸਤਾ ਉਹ ਬਣਾਉਂਦੀ ਹੈ ਜਿਸ ਜਗ੍ਹਾ ਤੋਂ ਉਹ ਬਾਹਰ ਲੀਕ ਹੁੰਦੀ ਹੈ ਉਸ ਜਗ੍ਹਾ ਤੋਂ ਲੈ ਕੇ ਅੰਦਰਲੇ ਤੱਕ ਇੱਕ ਟਰੈਕ ਬਣ ਜਾਂਦਾ, ਰਸਤਾ ਬਣ ਜਾਂਦਾ ਜਿਹਨੂੰ ਅਸੀਂ ਪਗੰਦਰ ਕਹਿੰਦੇ ਹਾਂ। ਨਵਾਂ ਰੂਟ ਚੈਨਲ ਜਿਹਾ ਬਣ ਜਾਂਦਾ ਇੱਕ ਤਰ੍ਹਾਂ ਦਾ, ਹੈ ਨਾ ਜੀ? 90% ਕੇਸਿਸ ਇਸ ਤਰੀਕੇ ਨਾਲ। ਵਾਫਟ, ਇੱਕ ਤੁਹਾਡਾ ਸਲਾਈਡ ਹੈ ਸਾਡੇ ਕੋਲ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਵਾਫਟ ਜਿਹੜਾ ਜੀ, ਇਹ ਲੇਟੈਸਟ ਟ੍ਰੀਟਮੈਂਟ ਹੈ ਫਿਸ਼ੂਲਾ ਇਨ ਐਨਓ ਲਈ। ਇਹਨੂੰ ਵੀਡੀਓ ਅਸਿਸਟਿਡ ਐਨਐਲ ਫਿਸ਼ੂਲਾ ਟ੍ਰੀਟਮੈਂਟ ਕਿਹਾ ਜਾਂਦਾ ਜੀ। ਇਹਦੇ ਵਿੱਚ ਜੋ ਵੀ ਅਸੀਂ ਟਰੈਕ ਦਾ ਕੰਮ ਕਰਦੇ ਹਾਂ, ਜੋ ਵੀ ਅਸੀਂ ਓਪਰੇਸ਼ਨ ਦਾ ਕੰਮ ਕਰਦੇ ਹਾਂ, ਇਹ ਟੋਟਲ ਜਿਹੜਾ ਹੈਗਾ ਇਹ ਦੂਰਬੀਨ ਦੇ ਨਾਲ ਹੁੰਦਾ। ਅੱਛਾ ਜੀ। ਇਹਦੇ ਨਾਲ ਚੀਰਾ ਕੋਈ ਨਹੀਂ ਦੇਣਾ ਜੀ, ਸਿਰਫ ਦੂਰਬੀਨ ਅਸੀਂ ਅੰਦਰ ਲੈ ਕੇ ਜਾਣੀ ਹੈ ਔਰ ਦੂਰਬੀਨ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਬਾਹਰੋਂ ਜਿੱਥੇ ਅਸੀਂ ਓਪਨਿੰਗ ਐਂਟਰ ਕੀਤੀ ਹੈ ਇੰਟਰਨਲ ਓਪਨਿੰਗ ਕਿਸ ਜਗ੍ਹਾ 'ਤੇ ਹੈ। ਜਿੱਦਾਂ ਤੁਸੀਂ ਇਹ ਇਸ ਵੇਲੇ ਹੁਣ ਦੇਖ ਰਹੇ ਹੋ ਸਲਾਈਡ, ਇਹਦੇ ਵਿੱਚ ਦੂਰਬੀਨ ਅੰਦਰ ਲਿੱਤੀ ਗਈ ਹੈ। ਦੂਰਬੀਨ ਤੋਂ ਬਾਅਦ ਅੰਦਰਲੇ ਪਾਸੇ ਸਾਨੂੰ ਪਤਾ ਲੱਗ ਗਿਆ ਕਿ ਕਿਸ ਜਗ੍ਹਾ ਦੇ ਉੱਪਰ ਇੰਟਰਨਲ ਓਪਨਿੰਗ ਹੈ। ਠੀਕ ਹੈ ਜੀ। ਅੰਦਰਲੀ ਓਪਨਿੰਗ ਨੂੰ ਅਸੀਂ ਦੋ ਆਪਣਾ ਇੱਕ ਸਟਿਚ ਮਾਰ ਦਿੰਦੇ ਹਾਂ ਤਾਂ ਕਿ ਉਹ ਬੰਦ ਹੋ ਜਾਏ, ਔਰ ਜਿਹੜੀ ਬਾਕੀ ਓਪਨਿੰਗ ਰਹਿ ਗਈ ਉਹਨੂੰ ਅਸੀਂ ਜਾਂ ਤਾਂ ਕੋਟਰੀ ਕਰ ਦਿੰਦੇ ਹਾਂ ਜਾਂ ਅਸੀਂ ਲੇਜ਼ਰ ਕਰ ਦਿੰਦੇ ਹਾਂ। ਮੇਰੇ ਓਪੀਨੀਅਨ ਦੇ ਵਿੱਚ ਜਿਹੜੀ ਲੇਜ਼ਰ ਹੈ ਉਹ ਕੋਟਰੀ ਨਾਲੋਂ ਬੈਟਰ ਟੈਕਨੀਕ ਹੈ। ਲੇਜ਼ਰ ਕੋਟਰੀ ਨਾਲੋਂ ਬੈਟਰ ਬੈਟਰ ਟੈਕਨੀਕ। ਡਾਕਟਰ ਸਾਹਿਬ, ਇਹਦੇ 'ਚ ਵੀ ਰੈਕਰੈਂਸ ਦੇ ਕੀ ਚਾਂਸਿਸ ਹੁੰਦੇ ਜੀ, ਵਾਰੀ ਵਾਰੀ ਦੁਬਾਰਾ ਹੋਣਾ ਫਿਸਟੂਲਾ? ਦੇਖੋ, ਫਿਸ਼ੂਲਾ ਦੇ ਵਿੱਚ ਰੈਕਰੈਂਸ ਆਪਾਂ ਕੋਈ ਵੀ ਲੈ ਲਈਏ, ਚਾਹੇ ਓਪਨ ਸਰਜਰੀ ਕਰੀਏ ਜਾਂ ਲੇਜ਼ਰ ਕਰੀਏ ਜਾਂ ਵਾਫ ਕਰੀਏ, ਰੈਕਰੈਂਸ ਚਾਂਸਿਸ ਇਹਦੇ ਵਿੱਚ ਹੈਗੇ ਨੇ ਜੀ। ਜੇ ਅਸੀਂ ਸਕਸੈਸ ਰੇਟ ਲੈ ਕੇ ਚੱਲੀਏ ਓਪਨ ਸਰਜਰੀ ਦਾ, ਤੇ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 85-86% ਹੈ ਜੀ। ਉਨਾ ਹੀ ਰੇਟ ਆਪਾਂ ਕਹਿ ਸਕਦੇ ਹਾਂ ਵਾਫਟ ਵਿੱਚ ਹੈ। ਫਰਕ ਸਿਰਫ ਇਹ ਹੈ ਕਿ ਜਿਸ ਵੇਲੇ ਓਪਨ ਸਰਜਰੀ ਕਰਦੇ ਹਾਂ ਮਰੀਜ਼ ਨੂੰ ਬਹੁਤ ਵੱਡਾ ਚੀਰਾ ਦੇਣਾ ਪੈਂਦਾ ਜੀ, ਕਈ ਵਾਰੀ ਸਫਿੰਕਟਰ ਕੱਟਿਆ ਜਾਂਦਾ ਜਿਹਦੇ ਨਾਲ ਆਪਣੇ ਆਪ ਹੀ ਲੈਟਰਿਨ ਆਉਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਇਹਦੇ ਵਿੱਚ ਵਾਫਟ ਦੇ ਵਿੱਚ ਜਾਂ ਲੇਜ਼ਰ ਦੇ ਵਿੱਚ ਕਦੀ ਵੀ ਸਾਨੂੰ ਚੀਰਾ ਦੇਣ ਦੀ ਜ਼ਰੂਰਤ ਨਹੀਂ ਹੈ, ਕੋਈ ਸਫਿੰਕਟਰ ਕੱਟਣ ਦੀ ਜ਼ਰੂਰਤ ਨਹੀਂ ਹੈ, ਕੋਈ ਐਸਾ ਜ਼ਖਮ ਨਹੀਂ ਅਸੀਂ ਬਣਾ ਰਹੇ ਕਿ ਜਿੱਥੇ ਮਰੀਜ਼ 3-3 ਮਹੀਨੇ
ਉਲਟਾ ਹੋ ਕੇ ਲੇਟ ਰਿਹਾ, ਈਵਨ ਸਿੱਧਾ ਬੈਠ ਵੀ ਨਹੀਂ ਸਕਦਾ, ਕੋਈ ਕੰਮ ਕਾਜ ਨਹੀਂ ਕਰ ਸਕਦਾ। ਜਿੱਦਾਂ ਦੀ ਅੱਜ ਕੱਲ੍ਹ ਲਾਈਫ ਸਟਾਈਲ ਚੱਲ ਰਹੀ ਹੈ, ਹਰ ਬੰਦਾ ਦੌੜ ਧੁੱਪ ਦੇ ਵਿੱਚ ਹੈ। ਅੱਜ ਕੱਲ੍ਹ ਇੰਨਾ ਕਿਸੇ ਕੋਲ ਟਾਈਮ ਨਹੀਂ ਹੈ ਕਿ ਉਹ ਦੋ ਦੋ ਤਿੰਨ ਦਿਨ ਮਹੀਨੇ ਆਪਣੇ ਬੈੱਡ ਦੇ ਉੱਪਰ ਬੈਠ ਕੇ ਆਰਾਮ ਕਰ ਸਕੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਸਟੂਲ ਆਪਣੇ ਆਪ ਨਿਕਲਣ ਲੱਗ ਜਾਂਦਾ, ਇਹ ਬੜੀ ਕਾਮਨ ਜਿਹੀ ਚੀਜ਼ ਦੇਖਣ ਨੂੰ ਮਿਲਦੀ ਹੈ, ਇਸ ਜ਼ਰਾ ਦੁਬਾਰਾ ਦੱਸ ਦੇ ਵੀ ਸਟੂਲ ਆਪਣੇ ਆਪ ਕਿਉਂ ਨਿਕਲਣਾ ਸ਼ੁਰੂ ਹੋ ਜਾਂਦਾ? ਸਰ ਐਕਚੁਅਲੀ ਸਫਿੰਕਟਰ ਹੈ ਇੱਕ ਇੰਟਰਨਲ ਅਤੇ ਇੱਕ ਐਕਸਟਰਨਲ, ਇਹ ਥੋੜ੍ਹਾ ਜਿਹਾ ਆਪਣਾ ਟੈਕਨੀਕਲ ਜਿਹਾ ਵਰਡ ਹੈ। ਉਹਦੇ ਵਿੱਚ ਕੀ ਹੈ ਕਿ ਜਿਸ ਵੇਲੇ ਐਕਸਟਰਨਲ ਸਫਿੰਕਟਰ ਦਾ ਉੱਪਰਲਾ ਹਿੱਸਾ ਕੱਟਿਆ ਜਾਏ, ਕਈ ਵਾਰੀ ਸਰਜਨ ਜਿਸ ਵੇਲੇ ਕਰਦੇ ਹਾਂ, ਅਸੀਂ ਲੋਕ ਕਰਦੇ ਹਾਂ ਓਪਰੇਸ਼ਨਸ ਓਪਨ, ਉਹਦੇ 'ਚ ਇਹ ਕੱਟਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਸਫਿੰਕਟਰ ਕੰਟਰੋਲ ਕਰ ਰਿਹਾ ਲੈਟਿਨ ਨੂੰ, ਜਿਹੜਾ ਬਾਹਰ ਨਹੀਂ ਆਉਣ ਦਿੰਦਾ, ਉਹ ਸਫਿੰਕਟਰ ਕੱਟਣ ਤੋਂ ਬਾਅਦ ਉਹ ਕੰਟਰੋਲ ਚਲੇ ਜਾਂਦਾ, ਜਿਹਦੇ ਨਾਲ ਲੈਟਿਨ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਹੜਾ ਵਾਫਟ ਹੈ ਜਾਂ ਲੇਜ਼ਰ ਹੈ, ਇਹਨੂੰ ਉਸ ਤੋਂ ਬੈਟਰ ਤਰੀਕਾ ਮੰਨਿਆ, ਇਹਦੇ 'ਚ ਉਹ ਚਾਂਸ ਨਹੀਂ ਹੈ, ਬਿਲਕੁਲ ਕੋਈ ਚਾਂਸ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ, ਤੀਸਰੀ ਚੀਜ਼ ਮੈਂ ਗੱਲ ਕੀਤਾ ਸੀ ਕਿ ਚਾਰ ਸਾਡੇ ਕੋਲ ਚੀਜ਼ਾਂ ਨੇ, ਸਾਡੇ ਕੋਲ ਇਹ ਜਿਹੜੀ ਸਲਾਈਡ ਆਪਾਂ ਦੇਖ ਰਹੇ ਹਾਂ, ਇਹ ਫਿਸ਼ੂਲਾ ਇਨੈਨੋ ਹੈ, ਜਿਹੜਾ ਪਾਸਟ ਹੈ ਇਹ ਉਹ ਚੀਜ਼ ਦਿਖਾਈ ਜਾ ਰਹੀ ਕਿ ਕਿਸ ਤਰੀਕੇ ਨਾਲ ਪਹਿਲੇ ਟਾਈਮ 'ਤੇ ਚੀਰੇ ਦੇ ਕੇ ਓਪਰੇਸ਼ਨ ਕਰਦੇ ਸੀ ਜਾਂ ਉਹਨਾਂ 'ਚ ਬਹੁਤ ਦੇਰ ਲਈ ਪੱਟੀਆਂ ਭਰੀਆਂ ਜਾਂਦੀਆਂ ਸੀ। ਔਰ ਜੋ ਪ੍ਰੈਜੈਂਟ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਹੋਲ ਹੈ, ਬਿਲਕੁਲ ਜਿੰਨੀ ਕੁ ਪੈਨਸਿਲ ਹੁੰਦੀ ਉਸ ਤੋਂ ਵੀ ਛੋਟਾ ਹੋਲ ਹੈ। ਉਦੋਂ ਅਸੀਂ ਦੂਰਬੀਨ ਲੈ ਕੇ ਗਏ ਹਾਂ, ਉਹਦੇ ਵਿੱਚ ਅਸੀਂ ਲੇਜ਼ਰ ਕੀਤਾ, ਸੋ ਤੁਸੀਂ ਦੇਖ ਸਕਦੇ ਹੋ ਕਿ ਕੋਈ ਚੀਰਾ ਨਹੀਂ ਹੈ, ਇਹਦੇ 'ਚ ਕੁਛ ਨਹੀਂ ਹੈ। ਇਹ ਨਵੀਆਂ ਤਕਨੀਕਾਂ ਦੀਆਂ ਗੱਲਾਂ ਹੋ ਗਈਆਂ ਜੀ। ਡਾਕਟਰ ਸਾਹਿਬ, ਫਿਸ਼ਰ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਚੀਰਾ ਪੈ ਗਿਆ ਲੈਟਰਨ ਵਾਲੇ ਰਸਤੇ 'ਤੇ, ਕੱਟ ਪੈ ਗਿਆ, ਇਹ ਕੀ ਬਿਮਾਰੀ ਹੈ ਜੀ ਅਤੇ ਕਿਉਂ ਹੁੰਦੀ ਹੈ? ਜਿਹੜਾ ਚੀਰਾ ਐਨਲ ਫਿਸ਼ਰ, ਇਹਨੂੰ ਬੇਸਿਕਲੀ ਕਹਿੰਦੇ ਡਾਕਟਰ ਸਾਹਿਬ ਆਪਾਂ, ਜੀ ਜੀ, ਜਿਹੜਾ ਫਿਸ਼ਰ ਹੈ ਮੇਨ, ਇਹ ਬੰਦਾ ਇਹ ਕੌਨਸਟੀਪੇਸ਼ਨ ਲਈ ਜਿੱਥੇ ਕਬਜ਼ ਹੋਵੇ ਜੀ, ਜਾਂ ਜਿਸ ਵੇਲੇ ਲੇਡੀਜ਼ ਜਿਸ ਵੇਲੇ ਪ੍ਰੈਗਨੈਂਸੀ ਹੁੰਦੀ ਹੈ ਜਾਂ ਡਿਲੀਵਰੀ ਹੁੰਦੀ ਹੈ ਉਹਨਾਂ ਦੀ, ਡਿਲੀਵਰੀ ਤੋਂ ਬਾਅਦ ਜਿਸ ਵੇਲੇ ਜ਼ੋਰ ਥੋੜ੍ਹਾ ਜਿਹਾ ਲਗਾਉਂਦੇ ਹੈ, ਉਸ ਤੋਂ ਬਾਅਦ ਲੈਟਰਿਨ ਵਾਲੀ ਜਗ੍ਹਾ 'ਤੇ ਇੱਕ ਚੀਰਾ ਪੈ ਜਾਂਦਾ, ਔਰ ਬਹੁਤ ਪੇਨਫੁਲ ਕੰਡੀਸ਼ਨ ਹੈ। ਕਈ ਮਰੀਜ਼ ਐਸੇ ਹੈ ਕਿ ਜਿਹੜੇ 15-15 ਸਾਲ, 16-16 ਸਾਲ ਡਰਦੇ ਮਾਰੇ ਓਪਰੇਸ਼ਨ ਨਹੀਂ ਕਰਾਉਂਦੇ, ਲੇਕਿਨ ਤਕਲੀਫ ਇਹਦੀ ਇੰਨੀ ਹੈ ਕਿ ਜਿਸ ਵੇਲੇ ਵੀ ਉਹ ਲੈਟਰਿਨ ਕਰਦੇ ਹੈ, ਆਪਣਾ ਮੋਸ਼ਨ ਪਾਸ ਕਰਦੇ ਹੈ, ਉਸ ਵੇਲੇ ਬਹੁਤ ਜ਼ਿਆਦਾ ਪੇਨਫੁਲ ਕੰਡੀਸ਼ਨ ਹੋ ਜਾਂਦੀ ਹੈ। ਇਹ ਟੈਕਨੀਕ ਵੀ ਜਿਹੜੀ ਹੈ, ਇਹਨੂੰ ਵੀ ਲੇਜ਼ਰ ਦੇ ਨਾਲ ਹੀ ਓਪਰੇਸ਼ਨ ਕੀਤਾ ਜਾ ਸਕਦਾ। ਅੱਛਾ, ਇਹਦਾ ਟ੍ਰੀਟਮੈਂਟ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਵਿਸਤਾਰ 'ਚ ਦੱਸੋ, ਫਿਸ਼ਰ ਦੇ ਟ੍ਰੀਟਮੈਂਟ ਵਿੱਚ ਕੀ ਕਰਨਾ ਹੁੰਦਾ ਜੀ? ਇਹ 'ਚ ਡਾਕਟਰ ਸਾਹਿਬ ਆਪਾਂ ਦੋ ਚੀਜ਼ਾਂ ਕਰ ਸਕਦੇ ਹਾਂ ਜੀ। ਇੱਕ ਤਾਂ ਆਪਾਂ ਸਿੰਪਲ ਲੇਜ਼ਰ ਦੇ ਨਾਲ ਫਿਸ਼ਰ ਜਿਹੜਾ ਤੁਸੀਂ ਦੇਖਿਆ, ਜਿੱਦਾਂ ਪੁਰਾਣੀ ਸਲਾਈਡ ਆਪਾਂ ਹੁਣ ਪਿਛਲੀ ਸਲਾਈਡ ਆਪਾਂ ਦੇ ਕੇ ਚੁੱਕੇ ਹਾਂ, ਫਿਸ਼ਰ ਜਿਹੜਾ ਹੈ ਉਹਨੂੰ ਅਸੀਂ ਕੱਟ ਦਿੰਦੇ ਹਾਂ ਟੋਟਲ ਥੱਲੇ ਤੱਕ, ਔਰ ਸਲਾਈਡ ਤੋਂ, ਹਾਂਜੀ ਹਾਂਜੀ, ਇਹਨੂੰ ਆਪਾਂ ਕੱਟ ਦਿੱਤਾ ਜਾਂਦਾ। ਔਰ ਦੂਜਾ ਤਰੀਕਾ ਹੈਗਾ ਸਫਿੰਕਟਰੋਟਮੀ ਨੂੰ ਕਹਿੰਦੇ ਹੈ, ਜਿਹੜਾ ਇੰਟਰਨਲ ਸਫਿੰਕਟਰ ਹੈ ਉਹਨੂੰ ਅਸੀਂ ਲੇਜ਼ਰ ਦੇ ਨਾਲ ਕੱਟ ਕਰ ਦਿੰਦੇ ਹਾਂ, ਉਹਦੇ ਨਾਲ ਕੋਈ ਬਲੀਡਿੰਗ ਨਹੀਂ ਹੈ, ਕੋਈ ਦਰਦ ਨਹੀਂ ਹੁੰਦੀ, ਔਰ ਪੇਸ਼ੈਂਟ ਅਗਲੇ ਹੀ ਦਿਨ ਬਹੁਤ ਜ਼ਿਆਦਾ ਰਾਹਤ ਮਹਿਸੂਸ ਕਰਦਾ। ਉਹ ਕਈ ਵਾਰੀ ਇਹ ਵੀ ਕਹਿ ਕੇ ਜਾਂਦਾ ਜੀ, ਇੰਨੇ ਸਾਲ ਦੀ ਮੈਂ ਤਾਂ ਐਵੇਂ ਦੁੱਖ ਕੱਟਿਆ ਜੀ ਜੀ, ਅਤੇ ਮੈਨੂੰ ਜੇ ਪਹਿਲੇ ਪਤਾ ਹੁੰਦਾ ਨਾ ਮੈਂ ਪਹਿਲੇ ਕਰਾ ਲੈਂਦਾ। ਜੀ ਜੀ ਜੀ, ਪਿਆਰੇ ਦਰਸ਼ਕੋ, ਤੁਹਾਡੀ ਸ਼ਮੂਲੀਅਤ ਬਿਨਾ ਇਹ ਪ੍ਰੋਗਰਾਮ ਅਧੂਰਾ ਹੈ। ਅਸੀਂ ਇੰਤਜ਼ਾਰ 'ਚ ਹਾਂ, ਤੁਸੀਂ ਆਪਣਾ ਫੋਨ ਕਰਕੇ ਸਾਡੇ ਤੋਂ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ। ਇਸ ਫੀਲਡ ਦੇ ਮਾਹਿਰ ਡਾਕਟਰ ਕਮਲ ਗੁਪਤਾ ਜੀ ਅੱਜ ਉਚੇਚੇ ਤੌਰ 'ਤੇ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਡਾਕਟਰ ਸਾਹਿਬ, ਇੱਕ ਬਿਮਾਰੀ ਹੋਰ ਸੁਣੀ ਸੀ ਵਾਲਾਂ ਨਾਲ ਸੰਬੰਧਿਤ, ਇਸ ਜਗ੍ਹਾ 'ਤੇ ਹੋ ਜਾਂਦੀ ਹੈ ਜਿਹੜੀ ਆਮ ਤੌਰ 'ਤੇ ਇੱਕ ਫੋੜਾ ਜਿਹਾ ਬਣ ਜਾਂਦਾ ਹੁੰਦਾ ਲੈਟਰਨ ਵਾਲੀ ਜਗ੍ਹਾ ਤੋਂ ਥੋੜ੍ਹਾ ਜਿਹਾ ਉੱਪਰ, ਇੱਕ ਐਬਸੈਸ ਜਾਂ ਫੋੜਾ ਨੂੰ ਕਹਿ ਦਿੰਦੇ ਹਾਂ, ਉਹ ਕੀ ਚੀਜ਼ ਹੁੰਦੀ ਹੈ ਜੀ? ਆਪਾਂ ਚਾਰ ਬਿਮਾਰੀਆਂ ਦੀ ਗੱਲ ਕਰ ਰਹੇ ਸੀ, ਚੌਥੀ ਬਿਮਾਰੀ ਉਹਦੇ ਬਾਰੇ ਦੱਸੋ। ਇਹ ਡਾਕਟਰ ਸਾਹਿਬ, ਜਿਹੜੀ ਬਿਮਾਰੀ ਹੈ ਇਹ ਪਿੱਠ ਦੇ ਬਿਲਕੁਲ ਨਿਚਲੇ ਹਿੱਸੇ 'ਤੇ ਸ਼ੁਰੂ ਹੁੰਦੀ ਹੈ ਜੀ, ਪਾਇਲੋਨੀਡਲ ਸਾਈਨਸ ਇਹਨੂੰ ਕਿਹਾ ਜਾਂਦਾ ਜੀ। ਜਿਹੜਾ ਤੁਸੀਂ ਪਾਇਲੋਨੀਡਲ ਆਪਾਂ ਜਿਸ ਵੇਲੇ ਗੱਲ ਕਰਦੇ ਹਾਂ ਜੀ, ਉਹ ਨੈਸਟ ਇੱਕ ਬਣ ਜਾਂਦੀ ਹੈ ਜੀ, ਜਿਹਦੇ ਵਿੱਚ ਬਾਲ ਚਲੇ ਜਾਂਦੇ, ਬਾਲ ਚੱਲਣ ਜਾਣ ਤੋਂ ਬਾਅਦ ਉਹਨਾਂ ਦੇ ਵਿੱਚ ਪਸ ਪੈ ਜਾਂਦੀ ਹੈ, ਔਰ ਇੱਕ ਕੈਵਿਟੀ ਕ੍ਰੀਏਟ ਹੋ ਜਾਂਦੀ ਹੈ ਜਿਹਨੂੰ ਅਸੀਂ ਪਾਇਲੋਨੀਡਲ ਸਾਈਨਸ ਕਹਿੰਦੇ ਹਾਂ ਜੀ 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 ਜੀ। ਇਹ ਆਮ ਤੌਰ 'ਤੇ ਜਿਹਨਾਂ ਦੀ ਪਿੱਠ ਦੇ ਪਿੱਛੇ ਬਹੁਤ ਜ਼ਿਆਦਾ ਬਾਲ ਹੁੰਦੇ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਜੀ, ਜਾਂ ਜਿਸ ਵੇਲੇ ਆਪਾਂ ਨਹਾਉਂਦੇ ਹਾਂ ਰੋਜ਼ ਕੋਈ ਨਾ ਕੋਈ ਬਾਲ ਗਿਰਦੇ ਰਹਿੰਦੇ, ਅਗਰ ਪ੍ਰੋਪਰ ਅਸੀਂ ਏਰੀਆ ਸਾਫ਼ ਨਹੀਂ ਕਰਦੇ ਬਿਲਕੁਲ ਬੈਕ 'ਤੇ ਪਿਛਲੇ ਪਾਸੇ, ਉਸ ਵੇਲੇ ਉੱਥੇ ਬਾਲਾਂ ਦਾ ਗੁੱਛਾ ਇਕੱਠਾ ਹੋ ਕੇ ਕਿਤੇ ਨਾ ਕਿਤੋਂ ਅੰਦਰ ਅਗਰ ਸੁਰਾਖ ਬਣਾ ਕੇ ਚਲੇ ਜਾਂਦਾ, ਉਸ ਜਗ੍ਹਾ ਦੇ ਉੱਪਰ ਇਹ ਪਾਇਲੋਨੀਡਲ ਸਾਈਨਸ ਸਟਾਰਟ ਹੋ ਸਕਦਾ। ਅੱਛਾ, ਪਾਇਲੋਨੀਡਲ ਸਾਈਨਸ ਜੇ ਡਾਕਟਰ ਸਾਹਿਬ ਇੱਕ ਵਾਰੀ ਹੋ ਗਿਆ ਤਾਂ ਇਹਦਾ ਫਿਰ ਇਲਾਜ ਕੀ ਹੈ ਜੀ? ਇੱਕ ਡਾਕਟਰ ਸਾਹਿਬ ਹੁਣੀ ਅਸੀਂ ਸਲਾਈਡ ਦੇਖ ਰਹੇ ਸੀਗੇ ਜੀ, ਇਹਦੇ ਵਿੱਚ ਜਿਹੜਾ ਪੁਰਾਣਾ ਤਰੀਕਾ ਸੀਗਾ ਉਹ ਵੀ ਦਰਸਾਇਆ ਗਿਆ ਸੀ, ਅਗਰ ਇਹ ਦੁਬਾਰਾ ਸਲਾਈਡ ਅਸੀਂ ਦੇਖ ਸਕੀਏ ਤਾਂ ਦਰਸ਼ਕਾਂ ਨੂੰ ਦਿਖਾ ਸਕੀਏ। ਸਲਾਈਡ ਜਦੋਂ ਤੱਕ ਆਪਾਂ ਦੁਬਾਰਾ ਦੇਖਦੇ ਹਾਂ, ਡਾਕਟਰ ਸਾਹਿਬ ਸਾਡੇ ਕੋਲ ਇੱਕ ਦਰਸ਼ਕ ਸਾਡੇ ਵਿਹੜੇ ਵਿੱਚ ਹਾਜ਼ਰ ਹੋਏ ਨੇ। ਹਾਂਜੀ, ਕੌਣ ਬੋਲ ਰਹੇ ਹੋ? ਹੈਲੋ ਹੈਲੋ ਹਾਂਜੀ ਹਾਂਜੀ, ਮੈਂ ਕੌਣ ਬੋਲ ਰਹੇ ਹੋ ਜੀ?
ਸਤਿ ਸ਼੍ਰੀ ਅਕਾਲ ਸਰ ਜੀ, ਆਪਕੋ ਵੀ ਔਰ ਡਾਕਟਰ ਸਾਹਿਬ ਕੋ ਵੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਹਮ ਆਕਾਂਕਸ਼ਾ ਬੋਲ ਰਹੇ ਹਾਂ ਸਰ, ਛੱਤੀਸਗੜ੍ਹ ਸੇ। ਆਕਾਂਕਸ਼ਾ ਛੱਤੀਸਗੜ੍ਹ ਸੇ, ਹਾਂਜੀ, ਆਪਣਾ ਸਵਾਲ ਕੀਜੀਏ। ਜੀ, ਹਮਾਰੀ ਦੀਦੀ ਹੈ, ਉਨਕੀ ਏਜ ਅਭੀ 33 ਸਾਲ ਹੈ, ਉਨਕੋ ਪਿਛਲੇ ਕਈ ਸਾਲੋਂ ਸੇ ਕੌਨਸਟੀਪੇਸ਼ਨ ਕੀ ਸਮੱਸਿਆ ਹੈ, ਉਸਕੇ ਲੇਕਿਨ ਵੋ ਫਾਈਬਰ ਵਾਲੀ ਚੀਜ਼ੇ ਔਰ ਖੂਬ ਸਾਰਾ ਪਾਣੀ ਪੀਤੀ ਹੈ, ਤਬ ਵੀ ਉਨਕੀ ਇਹ ਸਮੱਸਿਆ ਠੀਕ ਨਹੀਂ ਹੋਤੀ ਹੈ। ਵੋ ਇੱਕ ਗੈਸਟਰੋ ਵਾਲੇ ਡਾਕਟਰ ਕੇ ਯਹਾਂ ਗਈ ਥੀ, ਉਨ੍ਹੋਂਨੇ ਉਸਕਾ ਇਲਾਜ ਕੀਆ ਥਾ ਤੋ ਉਸਕੀ ਸਮੱਸਿਆ ਬੜ ਗਈ ਹੈ। ਉਸਕੇ ਬਾਅਦ ਸੇ ਵੋ ਡਾਕਟਰ ਨੇ ਉਸਕੋ ਨਿਓਪ੍ਰਾਈਡ MPS ਨਾਮ ਕੀ ਦਵਾਈ ਦੀ ਸੀ, ਨਿਓਪ੍ਰਾਈਡ MPS ਨਾਮ ਕੀ, ਤੋ ਤਬ ਸੇ ਉਸਕੋ ਔਰ ਪਰੇਸ਼ਾਨੀ ਹੋ ਗਈ ਹੈ, ਮੋਸ਼ਨ ਚਿਪਕਨੇ ਕੀ ਔਰ ਮੂਵਮੈਂਟ ਆਗੇ ਨਹੀਂ ਹੋਤਾ ਹੈ, ਯੇ ਸਾਰੀ ਸਮੱਸਿਆ ਆ ਗਈ ਹੈ। ਤੋ ਸਰ, ਹਮਕੋ ਯੇ ਪੁੱਛਣਾ ਹੈ ਕਿ ਯੇ ਜੋ ਕੌਨਸਟੀਪੇਸ਼ਨ ਹੈ, ਉਨਕੋ ਜੋ ਮੋਸ਼ਨ ਹਾਰਡ ਹੋ ਜਾਤੀ ਹੈ ਔਰ ਮੂਵਮੈਂਟ ਸਹੀ ਨਹੀਂ ਹੋਤੀ ਹੈ, ਕਿਆ ਇਸਕੇ ਲਈ ਕੋਈ ਕਿਓਰ ਕਰਨੇ ਕਾ ਕੋਈ ਟ੍ਰੀਟਮੈਂਟ ਆਤਾ ਹੈ ਕਿ ਨਹੀਂ? ਜੀ, ਸਵਾਲ ਹੈ ਜੀ ਕਿ ਕਬਜ਼ੀ ਹੋਈ ਹੈ, ਫਾਈਬਰ ਵਾਲੀ ਡਾਈਟਸ ਪ੍ਰੋਪਰ ਲੈ ਕੇ ਵੀ ਉਹ ਸਟੂਲ ਪਾਸ ਨਹੀਂ ਕਰ ਪਾ ਰਹੀ, ਦਵਾਈ ਵੀ ਉਹਨਾਂ ਨੇ ਦੱਸ ਦਿੱਤੀ, ਹੁਣ ਇਹਦਾ ਕੀ ਹਾਲ? ਆਕਾਂਸ਼ਾ, ਪੰਜਾਬੀ ਆਪ ਤੁਸੀਂ ਸਮਝ ਲਓਗੇ, ਹਿੰਦੀ 'ਚ ਵੀ ਦੱਸ ਸਕਦੇ ਜੀ, ਹਮ ਲੋਕ ਆਪਕੋ ਹਿੰਦੀ ਮੇਂ ਵੀ ਬਤਾ ਸਕਤੇ ਹੈਂ ਇਸਕੇ ਬਾਰੇ। ਜੀ, ਆਪ ਐਸੇ ਕੀਜੀਏ ਕਿ ਜੋ ਡਾਕਟਰ ਆਪਕੋ ਦੇਖ ਰਹੇ ਹੈ, ਸਬਸੇ ਪਹਿਲੇ ਆਪ ਆਪਣੀ ਦੀਦੀ ਕੋ ਯੇ ਕਹਿ ਸਕਤੇ ਹੈ ਕਿ ਬੜੀ ਆਂਤ ਕੀ ਇੱਕ ਬਾਰ ਦੂਰਬੀਨ ਸੇ ਜਾਂਚ ਕਰਾਈਏ, ਪਹਿਲੇ ਕਾਰਨ ਢੂੰਡੀਏ ਕਿ ਬੜੀ ਆਂਤਰੀ ਮੇਂ ਕੋਈ ਐਸਾ ਕਾਰਨ ਤੋ ਨਹੀਂ ਹੈ। ਉਸਕੇ ਬਾਅਦ ਜੋ ਆਪਕੇ ਡਾਕਟਰ ਸਾਹਿਬ ਨੇ ਦਵਾਈ ਦੀ ਹੈ ਵੋ ਦਵਾਈ ਠੀਕ ਹੈ, ਕਿਸੇ ਐਕਸਪਰਟ ਕਾ ਓਪੀਨੀਅਨ ਲੀਜੀਏ, ਕਿਸੇ ਔਰ ਕਾ ਓਪੀਨੀਅਨ ਲੀਜੀਏ, ਕੋਈ ਐਸੀ ਪ੍ਰੋਬਲਮ ਨਹੀਂ ਹੈ ਜਿਸਕਾ ਸਲੂਸ਼ਨ ਨਾ ਨਿਕਲੇ। ਔਰ ਬਾਕੀ ਜੈਸੇ ਹਮ ਲੋਕ ਅਭੀ ਪ੍ਰੋਗਰਾਮ ਮੇਂ ਆਪਕੋ ਬਤਾ ਚੁੱਕੇ ਹੈ ਕਿ ਜ਼ਿਆਦਾ ਐਕਸਰਸਾਈਜ਼ ਕੀਜੀਏ, ਪਾਣੀ ਜ਼ਿਆਦਾ ਪੀਜੀਏ, ਹਾਈ ਫਾਈਬਰ ਡਾਇਟ ਲੀਜੀਏ, ਯੇ ਵੀ ਦੇਖੀਏ। ਔਰ ਇੱਕ ਕੰਡੀਸ਼ਨ ਮੈਂ ਆਪਕੋ ਬਤਾ ਦੇਤਾ ਹੂੰ, ਆਪ ਆਪਣੇ ਡਾਕਟਰ ਸਾਹਿਬ ਸੇ ਡਿਸਕਸ ਕਰ ਸਕਤੇ ਹੈਂ, ਉਸਕਾ ਨਾਮ ਹੈ ਓਬਸਟ੍ਰਕਟਿਵ, ODS ਉਸਕੋ ਬੋਲਤੇ ਹੈ, ਓਬਸਟ੍ਰਕਟਿਵ ਡੈਫੀਨੇਸ਼ਨ ਸਿੰਡਰੋਮ। ਤੋ ਆਪ ਆਪਣੇ ਜੋ ਵੀ ਵਹਾਂ ਕੇ ਮਾਹਿਰ ਹੈ, ਆਪ ਉਨਸੇ ਬਾਤ ਕੀਜੀਏ, ਤੋ ਵੋ ODS ਕੇ ਬਾਰੇ ਆਪਕੋ ਬਤਾ ਦੇਂਗੇ ਡਿਟੇਲ ਮੇਂ। ਕੁੱਲ ਮਿਲਾ ਕੇ ਇਹ ਦਰਸ਼ਕ ਸਾਡੇ ਬਾਹਰਲੇ ਸਟੇਟ ਤੋਂ ਬੋਲ ਰਹੇ ਸੀ, ਤਾਂ ਡਾਕਟਰ ਸਾਹਿਬ ਨੇ ਹਿੰਦੀ 'ਚ ਵੀ ਉਹਨਾਂ ਨੂੰ ਸੈਟਿਸਫਾਈ ਕਰਤਾ। ਡਾਕਟਰ ਸਾਹਿਬ, ਇਹ ਗੱਲ ਕਰ ਰਹੇ ਸੀ ਆਪਾਂ ਪਿਲਨੋਇਡਲ ਸਾਈਨਸ ਦੀ, ਤੁਸੀਂ ਟ੍ਰੀਟਮੈਂਟ ਬਾਰੇ ਵੀ ਦੱਸਤਾ, ਤੁਸੀਂ ਵਜ੍ਹਾ ਵੀ ਦੱਸਤੀਆਂ, ਇਹਦੇ 'ਚ ਵੀ ਰੈਕਰੈਂਸ ਦੇ ਚਾਂਸਿਸ ਹੁੰਦੇ ਹੈ ਜੀ? ਹਾਂਜੀ ਸਰ, ਰੈਕਰੈਂਸ ਹੋ ਸਕਦੀ ਹੈ ਡਾਕਟਰ ਸਾਹਿਬ ਇਹਦੇ ਵਿੱਚ, ਬਟ ਇਹਦੇ 'ਚ ਚਾਂਸਿਸ ਬੜੇ ਘੱਟ ਹੈ ਜੀ। ਜਿਹੜਾ ਲੇਟੈਸਟ ਪ੍ਰੋਸੀਜਰ ਆਪਾਂ ਇਹ 'ਚ ਕਰਦੇ ਹਾਂ, ਮੈਂ ਅੱਗੇ ਵੀ ਰਿਕੁਐਸਟ ਕੀਤੀ ਸੀ ਅਗਰ ਆਪਾਂ ਸਲਾਈਡ ਦੁਬਾਰਾ ਦੇਖ ਸਕੀਏ ਉਹ ਲਈ, ਅਤੇ ਉਹ ਪ੍ਰੋਸੀਜਰ ਨੂੰ ਅਸੀਂ ਐਪਸਿਟ ਕਹਿੰਦੇ ਹਾਂ, ਦੈਟ ਇਜ਼ ਐਂਡੋਸਕੋਪਿਕ ਪਾਇਲੋਨੀਡਲ ਸਾਈਨਸ ਟ੍ਰੀਟਮੈਂਟ। ਜਿਹੜੇ ਵੱਡੇ ਚੀਰੇ ਸੀਗੇ ਉਹ ਬਿਲਕੁਲ ਸਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਇੱਕ ਦੂਰਬੀਨ ਲੈ ਕੇ ਅਸੀਂ ਅੰਦਰ ਜਾਂਦੇ ਹਾਂ ਜਿੱਥੇ ਬਾਲ ਇਕੱਠੇ ਹੋਏ, ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਓਪਨ ਦੇ ਵਿੱਚ ਜਿੱਥੇ ਲਿਖਿਆ ਹੈ, ਇਹ ਤਰੀਕਾ ਉਹ ਹੈ ਕਿ ਜਿਹਦੇ 'ਚ ਬਹੁਤ ਵੱਡਾ ਚੀਰਾ ਦੇ ਕੇ ਪੂਰੇ ਦਾ ਪੂਰਾ ਸਾਈਨਸ ਟਰੈਕ ਨੂੰ ਕੱਢ ਦਿੱਤਾ ਗਿਆ, ਲੇਕਿਨ ਇਹਨੂੰ ਭਰਨ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ 2-3 ਮਹੀਨੇ ਲੱਗ ਜਾਂਦੇ ਕਈ ਵਾਰੀ। ਔਰ ਐਪਸਿਡ ਜਿਹੜਾ ਹੈਗਾ, ਇਹ ਐਂਡੋਸਕੋਪਿਕ ਪਾਇਲੋਨੀਡਲ ਸਾਈਨਸ ਟ੍ਰੀਟਮੈਂਟ, ਇਹਦੇ ਨਾਲ ਅਸੀਂ ਦੂਰਬੀਨ ਦੇ ਨਾਲ ਐਂਟਰ ਕਰਦੇ ਹਾਂ, ਸਾਨੂੰ ਪੂਰਾ TV 'ਤੇ ਨਜ਼ਰ ਆਉਂਦਾ ਰਹਿੰਦਾ ਕਿ ਅੰਦਰਲੇ ਪਾਸੇ ਬਾਲ ਹੈ, ਪਸ ਹੈ, ਨੈਕਟੋਟਿਕ ਮਟੀਰੀਅਲ ਹੈ, ਉਹ ਸਾਰੀ ਚੀਜ਼ ਦੀ ਅਸੀਂ ਸਫਾਈ ਕਰ ਲੈਂਦੇ ਹਾਂ, ਉਸ ਤੋਂ ਬਾਅਦ ਉਹੀ ਚੀਜ਼ ਨੂੰ ਅੰਦਰਲੇ ਪਾਸੇ ਜਾ ਕੇ ਅਸੀਂ ਲੇਜ਼ਰ ਦੇ ਨਾਲ ਕੋਐਗੂਲੇਸ਼ਨ ਕਰਦੇ। ਡਾਕਟਰ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਹੋਰ ਗੱਲਾਂ ਕਰੀਏ, ਤੁਸੀਂ ਬੜੀ ਅੱਛੀਆਂ ਗੱਲਾਂ ਦੱਸਿਓ, ਚਲਦੇ ਚਲਦੇ ਕੀ ਸੁਨੇਹਾ ਦੇਣਾ ਚਾਹੋਗੇ ਕਿ ਇਹ ਚਾਰੋਂ ਬਿਮਾਰੀਆਂ ਨਾ ਹੋਣ, ਆਪਣੇ ਲਾਈਫ ਸਟਾਈਲ 'ਚ ਕੀ ਚੇਂਜ ਕਰੋ ਜਾਂ ਖਾਣ ਪੀਣ 'ਚ ਕੀ ਚੇਂਜ ਕਰੋ? ਲਾਈਫ ਸਟਾਈਲ ਦੇ ਵਿੱਚ ਸਭ ਨੂੰ ਪਹਿਲੇ ਤਾਂ ਜੀ ਮੈਂ ਕਹਾਂਗਾ ਪਾਣੀ ਜ਼ਿਆਦਾ ਪੀਓ, ਐਕਸਰਸਾਈਜ਼ ਕਰੋ, ਦਿਨ ਪਰ ਦਿਨ ਅਸੀਂ ਲੋਕ ਜ਼ਿਆਦਾ ਸੁਸਤ ਹੋ ਰਹੇ ਹਾਂ, ਐਕਸਰਸਾਈਜ਼ ਬਿਲਕੁਲ ਨਹੀਂ ਕਰ ਰਹੇ, ਸਿਟਿੰਗ ਜੌਬਸ ਹੋ ਗਈਆਂ, ਬਿਲਕੁਲ ਵਾਕਿੰਗ ਕਰੋ, ਉਸ ਤੋਂ ਬਾਅਦ ਬਾਹਰਲਾ ਖਾਣਾ ਜਿਹੜੇ ਪੀਜ਼ਾਜ਼ ਹੈ, ਬਰਗਰਸ ਹੈ, ਇਹਨੂੰ ਅਵੋਇਡ ਕਰੋ, ਘਰ ਦੇ ਵਿੱਚ ਗ੍ਰੀਨ ਲੀਫੀ ਵੈਜੀਟੇਬਲਸ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਖਾਓ, ਉਸ ਤੋਂ ਬਾਅਦ ਛਿਲਕੇ ਵਾਲੀਆਂ ਦਾਲਾਂ ਵਗੈਰਾ ਜ਼ਿਆਦਾ ਲਓ ਜੀ। ਡਾਕਟਰ ਸਾਹਿਬ, ਇਹ ਚੀਜ਼ਾਂ ਸਾਨੂੰ ਜ਼ਿਆਦਾ, ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ, ਜੋ ਜਿਸ ਦੇ ਤੌਰ 'ਤੇ ਡਾਕਟਰ ਕਮਲ ਗੁਪਤਾ ਜੀ ਸਾਡੇ ਨਾਲ ਵਿਰਾਜਮਾਨ ਸਨ, ਬੜੀਆਂ ਅੱਛੀਆਂ ਕੰਮ ਦੀਆਂ ਗੱਲਾਂ ਦੱਸੀਆਂ, ਤੁਸੀਂ ਸਾਰਿਆਂ ਨੇ ਬਹੁਤ ਕੁਛ ਜਾਣਕਾਰੀ ਹਾਸਿਲ ਕੀਤੀ ਹੋਏਗੀ। ਇਸੇ ਤਰ੍ਹਾਂ ਦੇਖਦੇ ਰਹੋ ਦੂਰਦਰਸ਼ਨ, ਫਿਰ ਮਿਲਾਂਗੇ, ਹੱਸਦੇ ਵੱਸਦੇ ਰਹੋ, ਨਮਸਕਾਰ।